ਹੈਲੋ ਚਾਹੁੰਦੇ ਜੀ ਟੀਮ ਦੇ ਪਲੇਅਰ ਜਿਹੜੇ ਮੈਦਾਨ ਵਿੱਚ ਆ ਜਾਣ, ਬਾਕੀ ਪਲੇਅਰ ਵੀ ਜਿਹੜੇ ਜਲਦੀ ਤੋਂ ਜਲਦੀ ਪੁੱਜਣ ਦੀ ਜਿੱਥੇ ਵਾ ਸੁਣਦੇ ਆ, ਜਲਦੀ ਤੋਂ ਜਲਦੀ ਪਲੇਅਰ ਜਿਹੜੇ ਖੇਡ ਮੈਦਾਨ ਦੇ ਵਿੱਚ ਆ ਜਾਣ। ਚਾਹੁੰਦੇ ਤਾਂ ਇਹ ਮੈਚ ਖੇਡਿਆ ਜਾਣਾ, ਨਾਲ ਹੀ ਅਗਲੀ ਗੱਲ ਸਾਡੇ ਉਸਤਾਦ ਸਭ ਤੋਂ ਬਹੁਤ ਸੀਨੀਅਰ ਸਰਦਾਰ ਸੁਰਜੀਤ ਸਿੰਘ ਜੀ, ਜੋ ਕਿ ਮਾਈਕ ਤੇ ਅਗਲੀ ਗੱਲ ਕਰਨਗੇ। ਹੈਲੋ ਉਧਰ ਭਾਈ ਰਾਜਪਾਲ ਜੀ ਬਲਵੇੜਾ ਕਾਟਕਾ ਤੋਂ, ਸੌਰੀ ਭਾਗਲ ਤੋਂ, ਉਹਨਾਂ ਦੇ ਨਾਲ ਭਾਈ ਸੁਰਿੰਦਰ ਜੀ ਸਾਡੇ ਵੱਡੇ ਵੀਰ, ਬਾਈ ਬਿੰਦਰ, ਜਿਹੜੀ ਸਮੁੱਚੀ ਟੀਮ ਪੁੱਜੀ ਆ ਕਮੇਟੀ ਉੱਧਰ ਭਾਗਲ ਤੋਂ, ਜਿਹੜੇ 24-25 ਤਰੀਕ ਲਈ ਐਲਾਨ ਕਰਦੇ ਆ, ਕਹਿੰਦੇ ਸੁਭਾਅ ਜੀ ਕਿੰਨਾ ਪ੍ਰਾਈਜ਼ ਆ ਜਿਹੜਾ ਟੂਰਨਾਮੈਂਟ ਦਾ, 51,000-31,000 ਦੇ ਪ੍ਰਾਈਜ਼, ਨਾਲ ਹੀ 2 ਮੋਟਰਸਾਈਕਲ ਦਿੱਤੇ ਜਾਣਗੇ, 70 ਕਿੱਲੇ ਲਈ 21,000 ਪਹਿਲਾ ਪ੍ਰਾਈਜ਼, 11,000 ਦੂਜਾ ਪ੍ਰਾਈਜ਼, ਨਾਲ ਹੀ ਬੈਸਟ ਵੇਟਰ ਤੇ ਯਾਖੀ ਲਈ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ। ਇਹ ਸਾਰੀ ਸੰਗਤ ਜਿਹੜੀ ਨੋਟ ਕਰ ਲਵੇ, ਪਾਣੀ ਪਲੀਜ਼ ਜ਼ਰੂਰ ਮੈਦਾਨ ਵਿੱਚ ਪੁੱਜਦਾ ਕੀਤਾ ਜਾਵੇ, ਜਸਵੀਰ ਦੀ ਪਾਣੀ ਦੀ ਡਿਊਟੀ ਆ। ਸੋ ਕਿਰਮਚ ਅਤੇ ਚੌਂਦੇ ਦੀਆਂ ਟੀਮਾਂ ਦੇ ਦਰਮਿਆਨ ਇਸ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਰਮਚ ਅਤੇ ਚੌਂਦੇ ਦੀਆਂ ਟੀਮਾਂ ਦੇ ਦਰਮਿਆਨ ਅੱਜ ਦੇ ਇਸ ਕਬੱਡੀ ਕੱਪ ਦਾ ਇਹ ਕੁਆਟਰ ਫਾਈਨਲ ਮੈਚ ਦਰਸ਼ਕ ਵੀਰੋ, ਜਿਸ ਮੈਚ ਦਾ ਤੁਸੀਂ ਮੈਦਾਨ ਦੇ ਵਿੱਚ ਆਨੰਦ ਜਿਹੜਾ ਮਾਣ ਜਾ ਰਹੇ ਹੋ। ਹਰਿਆਣੇ ਦੀਆਂ ਬਹੁਤ ਸਾਰੀਆਂ ਟੀਮਾਂ ਜਿਹਨਾਂ ਨੇ ਅੱਜ ਇਸ ਮੈਦਾਨ ਦੇ ਵਿੱਚ ਬਹੁਤ ਤਕੜਾ ਪ੍ਰਦਰਸ਼ਨ ਕਰਕੇ ਬੱਲੇ ਬੱਲੇ ਕਰਵਾਈ ਹੋਈ ਹੈ। ਸ਼ੁਭ ਸ਼ਾਮਾਂ ਨੇ ਹਰਿਆਣੇ ਦੇ ਇਹਨਾਂ ਨੌਜਵਾਨਾਂ ਨੂੰ। ਪਾਣੀ ਦੇ ਲਈ ਬੇਨਤੀ ਹੈ ਵੀ ਪਾਣੀ ਗਰਾਊਂਡ ਚ ਨਹੀਂ, ਜਿਹਨਾਂ ਵੀਰਾਂ ਦੀ ਡਿਊਟੀ ਜਿਹੜੀ ਪਾਣੀ ਤੇ ਹੈ ਉਹ ਜਲਦੀ ਨਾਲ, ਬਾਈ ਰਜੇਸ਼ ਉਹਨਾਂ ਨੂੰ ਬੇਨਤੀ ਹੈ ਕਿ ਪਾਣੀ, ਜਿਸ ਵੀ ਵੀਰ ਦੀ ਡਿਊਟੀ ਹੈ ਪਾਣੀ ਜਿਹੜਾ ਮੈਦਾਨ ਚ ਪੁੱਜਦਾ ਕਰ ਦਿਓ। ਦੋਨੋਂ ਹੀ ਟੀਮਾਂ ਦੇ ਖਿਡਾਰੀ ਨੋਟ ਕਰਨ, ਚੈਨ ਜਿਹੜੀ ਛੱਡਣੀ ਉਹ ਟੈਕਨੀਕਲ ਫਾਉਲ ਰੈਫਰੀਆਂ ਨੇ ਪਹਿਲੇ ਐਲਾਨ ਕਰ ਦਿੱਤਾ, ਦੋਨੋਂ ਟੀਮਾਂ ਨੂੰ ਇਹ ਨੋਟ ਕਰ ਲੈਣ ਦੋਨੋਂ ਟੀਮਾਂ ਦੇ ਖਿਡਾਰੀ, ਜਦੋਂ ਟੀਮ ਸਟਾਪਰ ਜਿਹੜੇ ਚੈਨ ਛੱਡਦੇ ਆ ਤੇ ਟੈਕਨੀਕਲ ਫਾਇਲ ਦਾ ਜਿਹੜਾ ਪੁਆਇੰਟ ਆ ਉਹ ਰੇਡਰ ਨੂੰ ਦਿੱਤਾ ਜਾਣਾ। ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ, 3 ਸੈਕਿੰਡ ਦਾ ਸਮਾਂ ਚੈਨ ਛੱਡਣ ਦਾ ਜਿਹੜਾ ਦਿੱਤਾ ਗਿਆ, ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰਨਗੇ। ਬਾਅਦ ਚੋਟੀ ਦਾ ਮੈਚ ਆ ਦਰਸ਼ਕ ਵੀਰੋ, ਜਿਸ ਮੈਚ ਦਾ ਤੁਸੀਂ ਆਨੰਦ ਜਿਹੜਾ ਮੈਦਾਨ ਦੇ ਵਿੱਚ ਮਾਣ ਜਾ ਰਹੇ ਹੋ। ਲਓ ਪਹਿਲੀ ਕਬੱਡੀ ਵੇਖੋ, ਇਹ ਹੈ ਕਿਰਮਚ ਦੀ ਧਰਤੀ ਦਾ ਮਲਕੀਤ, ਜਿਸ ਨੌਜਵਾਨ ਨੇ ਟੇਕ ਕੇ ਧਰਤੀ ਮਾਨ ਮੱਤਾ ਮੰਗ ਕੇ ਮਾਲਕ ਤੋਂ ਸ਼ਕਤੀ ਮੈਦਾਨ ਦੇ ਵਿੱਚ ਧਾਵਾ ਬੋਲ ਦਿੱਤਾ। ਉਧਰ ਜ਼ਿਲ੍ਹੇ ਸੰਗਰੂਰ ਦਾ ਕਹਿੰਦੇ ਵੀ ਚੌਂਦਾ ਬੜਾ ਪ੍ਰਸਿੱਧ ਪਿੰਡ ਹੈ, ਦਰਸ਼ਕ ਵੀਰੋ ਅਮਰਗੜ੍ਹ ਦੇ ਲਾਗੇ ਚੌਂਦਾ ਬੜਾ ਪ੍ਰਸਿੱਧ ਪਿੰਡ ਹੈ। ਔਰ ਜਿੱਥੋਂ ਦੀ ਟੀਮ ਦੇ 4 ਖਿਡਾਰੀ, ਲਓ ਵੇਖੋ ਸਿੱਧਾ ਟੱਚ ਕਰਕੇ ਨੌਜਵਾਨ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਪਹਿਲਾ ਜਿਹੜਾ 1.5 ਪੁਆਇੰਟ ਹੈ ਕਿਰਮਚ ਦੀ ਟੀਮ ਦੇ ਸੀ ਹੈ। ਇਹ ਮਲਕੀਤ ਨੌਜਵਾਨ ਪਹਿਲਾ 1.5 ਅੰਕੜਾ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ। ਲਓ ਦੂਸਰੇ ਪਾਸੇ ਪਾਣੀ ਦੇ ਲਈ ਬਾਈ ਰਜੇਸ਼ ਗੁਲਜ਼ਾਰ ਹੋਣੀ ਮੇਰੀ ਆਵਾਜ਼ ਸੁਣਦੇ ਆ, ਹਾਂਜੀ ਹਾਂਜੀ, ਪਾਣੀ ਗਰਾਊਂਡ ਚਾਹੀਦੇ ਨੇ ਜਿਹੜੇ ਵੀਰਾਂ ਦੀ ਪਾਣੀ ਤੇ ਡਿਊਟੀ ਹੈ, ਪਾਣੀ ਪੁੱਜਦਾ ਕਰ ਦੇਣ। ਪਾਣੀ ਵਾਲੇ ਵੀਰ ਕਿਰਪਾ ਕਰਕੇ ਪਾਣੀ ਮੈਦਾਨ ਚ ਪੁੱਜਦਾ ਕਰਨ। ਲਓ ਵੇਖੋ ਅਗਲੀ ਕਬੱਡੀ, ਗਗਨ ਮੈਦਾਨ ਦੇ ਵਿੱਚ ਬਾਉਂਡਰੀ ਵਧਿਆ ਹੋਈ ਹੈ। ਉਧਰ ਹਰਿਆਣੇ ਵਾਲਾ ਪ੍ਰਵੀਨ ਬਾਈ ਕੇਵਲ ਉਹਨਾਂ ਦੀ ਬਦੌਲਤ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਬਹੁਤ ਤਕੜਾ ਖੇਡਿਆ। ਲਓ ਪ੍ਰਵੀਨ ਦਿਆਲ ਚਾਚੇ ਦਾ ਕਹਿੰਦੇ ਵੀ ਪੁੱਤਰ ਹੈ, ਤਾੜੀਆਂ ਮਾਰ ਦਿਓ ਦਰਸ਼ਕ ਵੀਰੋ। ਗਗਨ ਬਹੁਤ ਖੂਬਸੂਰਤ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀ ਕਬੱਡੀ ਪਾਉਂਡਰੀ, ਗੁਰਸੇਵਕ ਸਿੰਘ ਸੇਬੀ ਟਵਾਣਾ ਪਿੰਡ ਹੈ ਦਰਸ਼ਕ ਵੀਰੋ। ਦੋ ਵੀਰ ਕਹਿੰਦੇ ਵੀ ਸਕੇ ਵੀਰ ਪੀਤੋ ਤੇ ਸੇਬੀ, ਦੋਨਾਂ ਦਾ ਕਬੱਡੀ ਜਗਤ ਦੇ ਵਿੱਚ ਬਹੁਤ ਵੱਡਾ ਨਾਂ ਬਣਿਆ ਹੋਇਆ ਹੈ। ਲਓ ਗੁਰਸੇਵਕ ਸਿੰਘ ਸੇਬੀ ਮੈਦਾਨ ਦੇ ਵਿੱਚ, ਇਸ ਨੌਜਵਾਨ ਨੇ ਧਾਵਾ ਬੋਲੀ ਹੋਈ ਹੈ। 4 ਗੱਭਰੂਆਂ ਦੇ ਵਿੱਚੋਂ ਕੌਣ ਦੁੱਤ ਕਰਦਾ ਹੈ ਇਹ ਸਮੇਂ ਨੇ ਫੈਸਲਾ ਕਰਨਾ ਹੈ।
ਇਹ ਸਮੇਂ ਨੇ ਫੈਸਲਾ ਕਰਨਾ ਹੈ। ਚਾਰ ਨੌਜਵਾਨਾਂ ਦੇ ਵਿੱਚੋਂ ਇਹ ਹੈ ਸ਼ਿੰਗਾਰਾ ਕਹਿੰਦੇ ਵੀ ਹੋਲ ਦੀ ਧਰਤੀ ਦਾ ਨਹਿਰੀ ਸਾਹਮਣ ਦੇ ਬਲੀਪੁੱਤ ਦੀਆਂ ਮੁਕਾਬਲਾ ਡੀ ਦੇ ਦਰਮਿਆਨ ਹੈ। ਪੁਆਇੰਟ ਰੇਡਰ ਦਾ, ਪੁਆਇੰਟ ਰੇਡਰ ਦਾ, ਕਿਉਂਕਿ ਸ਼ਿੰਗਾਰੇ ਦਾ ਪੈਰ ਜਿਹੜਾ ਇਹ ਲਾਈਨ ਦੇ ਬਾਹਰਲੇ ਪਾਸੇ ਚਲਾਈ ਹੈ। ਸ਼ਿੰਗਾਰਿਆ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਗੁਰਮੁਖ ਓਕੇ ਹੈ, ਬਿਲਕੁਲ ਸਹੀ ਹੈ। ਲਓ ਅਗਲੀ ਕਬੱਡੀ ਫਿਰ ਵੇਖੋ ਮੈਦਾਨ ਦੇ ਵਿੱਚ, ਸਰਬਾ ਚੌਂਦੇ ਦੀ ਧਰਤੀ ਦਾ ਬੜਾ ਫੁਰਤੀਲਾ, ਬੜਾ ਫੁਰਤੀਲਾ, ਬੜਾ ਫੁਰਤੀਲਾ ਨੌਜਵਾਨ, ਬਹੁਤ ਤੇਜ਼ੀ ਦੇ ਨਾਲ, ਬਹੁਤ ਫੁਰਤੀ ਦੇ ਨਾਲ ਅਗਲੇ ਖੂਬਸੂਰਤ ਅੰਕ ਦਾ ਵਾਧਾ ਆਪਣੀ ਟੀਮ ਦੇ ਵਿੱਚ ਕਰਦਾ ਹੋਇਆ। ਉਧਰ ਜਿੰਦਰ ਸਾਡਾ ਵੀਰ ਕੂੜਾ ਵਾਲੀਆ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਹੈ ਕਿ ਰਾਵਣ ਦੀ ਵੀ ਰਾਮ ਵਾਂਗ ਪੂਜਾ ਹੁੰਦੀ ਜੇ ਵਿੱਚ ਹੰਕਾਰ ਨਾ ਹੁੰਦਾ, ਕਰਨੇ ਮਹਾਂਭਾਰਤ ਦਾ ਇਤਿਹਾਸ ਬਦਲ ਦੇਣਾ ਸੀ ਜੇ ਪਿੱਠ ਤੇ ਵਾਰ ਨਾ ਹੁੰਦਾ, ਕਰੋੜਾਂ ਵਿੱਚ ਨਾ ਖੇਡਦੀ ਜੇ ਬਾਦਲ ਸਾਹਿਬ ਕਬੱਡੀ ਨਾਲ ਪਿਆਰ ਨਾ ਹੁੰਦਾ, ਕਬੱਡੀ ਨੇ ਅਧੂਰੀ ਰਹਿ ਜਾਣਾ ਸੀ ਜੇ ਜੀਤ ਕਕਰਾੜੀ ਦੇ ਬੋਲਾਂ ਦਾ ਵਿੱਚ ਸ਼ਿੰਗਾਰ ਨਾ ਹੁੰਦਾ। ਬਹੁਤ ਵੱਡਾ ਮਾਣ ਦਿੱਤਾ ਸਾਡੇ ਵੀਰ ਕੂੜਾਂ ਵਾਲੀ ਜਿੰਦਰ ਨੇ। ਮਾਲਕ ਕਲਮ ਨੂੰ ਬਲ ਬਖਸ਼ੇ, ਮਾਲਕ ਕਲਮ ਨੂੰ ਬਲ ਬਖਸ਼ੇ, ਜਿੰਦਰ ਸਾਡਾ ਵੀਰ ਕੂੜਾਂ ਵਾਲੀ ਆ, ਬਹੁਤ ਵਧੀਆ ਲਿਖਾਰੀ। ਔਰ ਇਧਰਲੇ ਪਾਸੇ ਬਹੁਤ ਖੂਬਸੂਰਤ ਜੱਫਾ, ਇਹ ਹੈ ਕਾਕਾ ਨੌਜਵਾਨ ਜਿਸ ਨੌਜਵਾਨ ਨੇ ਜੱਫਾ ਲਾ ਕੇ ਇਹ ਅੰਕ ਆਪਣੀ ਟੀਮ ਦੇ ਵਿੱਚ ਜੋੜੀ ਹੈ। ਉਧਰ ਕਹਿੰਦੇ ਵੀ ਗਗਨ 6 ਫੁੱਟ ਦੇ ਨੇੜੇ ਕੱਦ ਹੈ, ਗੱਜ ਗੱਜ ਲੰਮੀਆਂ ਮਾਮਾ ਹਰਿਆਣੇ ਵਾਲਾ ਪ੍ਰਵੀਰ ਦਰਸ਼ਕ ਮਿਲਿਓ। ਤਾਂ ਵੇਖੋ ਕਿਰਮਚ ਦੀ ਟੀਮ ਦਾ ਖਿਡਾਰੀ ਨਹੀਂ ਰੋਕ ਸਕਿਆ ਇਸ ਨੌਜਵਾਨ ਨੂੰ, ਬੜਾ ਤਿੱਖਾ ਹੈ। ਪਾਣੀ ਦੇ ਲਈ ਬੇਨਤੀ ਵੀ ਪਾਣੀ ਨਾਲ ਬੁੱਲ ਸੁੱਕੇ ਹੋਏ ਹੈ, ਜ਼ਰੂਰ ਪਾਣੀ ਜਿਹੜਾ ਮੈਦਾਨ ਦੇ ਵਿੱਚ ਪੂਜਾ ਕਰਦੇ ਹੋ, ਖਿਡਾਰੀ ਵੀਰ ਪਿਆਸ ਨਾਲ ਤਰਾਹੇ ਪਏ ਹੈ, ਜ਼ਰੂਰ ਪਾਣੀ ਪੂਜਦਾ ਕਰਦੇ ਹੋ। ਲਓ ਗੁਰਸੇਵਕ ਸਿੰਘ ਸੇਪੀ, ਗੋਰਾ ਨਿਸ਼ੋ ਰੰਗ ਹੈ, ਸਮੁੰਦਰ ਜਾਂ ਕੱਦ ਹੈ, ਕਬੱਡੀ ਕੋਚ ਪੰਮੇ ਨੇ ਬਹੁਤ ਮਿਹਨਤ ਕਰਵਾਈ ਹੈ ਇਸ ਖਿਡਾਰੀ ਨੂੰ, ਔਰ ਪਿਛਲੇ ਸਾਲ ਕਈ ਕਬੱਡੀ ਕੱਪਾਂ ਦਾ ਬੈਸਟ ਰੇਡਰ ਬਣਿਆ ਹੈ। ਤੇ ਅੱਜ ਵੇਖੋ ਇਸ ਮੈਦਾਨ ਦੇ ਵਿੱਚ ਬਹੁਤ ਜਾਨਦਾਰ ਤੇ ਸ਼ਾਨਦਾਰ ਕਬੱਡੀਆਂ ਇਸ ਖਿਡਾਰੀ ਦੀਆਂ ਜਿਹੜੀਆਂ ਮੈਦਾਨ ਦੇ ਵਿੱਚ ਤੱਕਣ ਮਿਲੀਆਂ ਹੋਈਆਂ ਨੇ। ਉਧਰ ਚੌਂਦੇ ਵਾਲਾ ਸਰਬਾ ਬਹੁਤ ਫੁਰਤੀਲਾ ਧਾਵੀ ਹੈ, ਪੈਰਾਂ ਦੇ ਵਿੱਚ ਭੁਚਾਲ ਰੱਖਣ ਵਾਲਾ ਖਿਡਾਰੀ ਹੈ, ਪੈਰਾਂ ਦੇ ਵਿੱਚ ਤੂਫਾਨ ਰੱਖਣ ਵਾਲਾ ਖਿਡਾਰੀ, ਬਹੁਤ ਤਕੜੇ ਅੰਕ ਦਾ ਵਾਧਾ ਕਰਦਾ ਹੋਇਆ। ਰਜੇਸ਼ ਜੀ ਅਗਲਾ ਮੈਚ ਕਿਹੜਾ, ਪਲੀਜ਼ ਇੱਕ ਵਾਰੀ ਫਿਰ ਤੋਂ ਅਨਾਊਂਸ ਕਰ ਦਿਓ ਤਾਂ ਜੋ ਟੀਮਾਂ ਨੂੰ ਆਪਾਂ ਨੇੜੇ ਕਰ ਲਈਏ। ਅਗਲਾ ਜਿਹੜਾ ਮੈਚ ਹੋਣਾ ਝਨੇੜੀ ਵਰਸਿਸ ਮੁੰਡ, ਦੋਵੇਂ ਟੀਮਾਂ ਕਿਹੜੇ ਪਾਸੇ ਹੋ ਕੇ ਨੇੜੇ ਰਹਿ, ਬਾਬਾ ਨਾਦੋ ਦਾਸ ਕਬੱਡੀ ਕਲੱਬ ਝਨੇੜੀ ਮੁੰਡ ਵਰਸ ਬਾਬਾ ਮਾਧੋ ਦਾਸ ਕਬੱਡੀ ਕਲੱਬ ਝਨੇੜੀ ਦੀਆਂ ਟੀਮਾਂ ਦੇ ਖਿਡਾਰੀ ਮੈਦਾਨ ਦੇ ਨੇੜੇ ਪੁੱਜ ਜਾਣਗੇ। ਨੈਕਸਟ ਮੈਚ ਜਿਹੜਾ ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ, ਸੋ ਦੋਨੋਂ ਟੀਮਾਂ ਦੇ ਖਿਡਾਰੀ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੇ। ਚੱਲ ਗਗਨ ਸਿਆਹ ਪਾ ਫਿਰ ਕਬੱਡੀ, ਕੱਲ ਦਰਸ਼ਕ ਵੀਰੋ ਚੁੰਨੀ ਦੇ ਲਾਗੇ ਪੋਪਨਿਆਂ ਦਾ ਕਬੱਡੀ ਕੱਪ ਹੈ ਤੇ 3 ਤਰੀਕ ਮਲੋਏ ਦੇ ਕਬੱਡੀ ਕੱਪ ਦੀ ਹੈ, ਉਧਰ 4 ਤਰੀਕ ਬੂਥਗੜ੍ਹ ਤੇ 5 ਤਰੀਕ ਭੁਰੜਿਆਂ ਦਾ ਕਬੱਡੀ ਕੱਪ ਹੈ, 7 ਤਰੀਕ ਦਰਸ਼ਕ ਵੀਰੋ ਨਗਾਵਾਂ, 8 ਤਰੀਕ ਜੰਡਪੁਰ ਤੇ 9 ਤਰੀਕ ਪੰਨੂਆ, 10 ਤਰੀਕ ਸਵੇਮਪੁਰ ਕਲਾਂ ਦਾ ਮਸ਼ਹੂਰ ਕਬੱਡੀ ਕੱਪ ਹੈ, ਸਾਰਿਆਂ ਨੇ ਨੋਟ ਕਰਨਾ ਹੈ। 12 ਤੇ 13 ਤਰੀਕ ਖਰੜ ਸ਼ਹਿਰ ਦੇ ਵਿੱਚ ਜਿੱਥੇ 2 ਮੋਟਰਸਾਈਕਲ ਦੇ ਉੱਤੇ ਆਣਗੇ। ਲਓ ਵੇਖੋ ਚੜ੍ਹਦੀ ਰੇਸ ਹੈ, ਬੁੱਚ ਬੁੱਟ ਗੱਭਰੂ ਮੈਦਾਨ ਦੇ ਵਿੱਚ ਬੋਲਦਾ ਹੋਇਆ ਧਾਵਾ। ਉਧਰ 15 ਤਰੀਕ ਧਨਾਸ ਦੇ ਵਿੱਚ ਬਹੁਤ ਵੱਡਾ ਦੰਗਲ ਹੋ ਰਿਹਾ ਹੈ ਜਿੱਥੇ ਰੂਬਲਜੀਤ ਪਹਿਲਵਾਨ ਤੇ ਜੱਸੇ ਦੀ ਕੁਸ਼ਤੀ ਬੰਨੀ ਹੋਈ ਹੈ। ਲਓ ਸ਼ਿੰਗਾਰਾ ਹੋਰ ਨਗਰ ਦਾ ਮੈਦਾਨ ਦੇ ਵਿੱਚ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ, ਇਹ ਪੁਆਇੰਟ ਵੀ ਰੇਡਰ ਦੇ ਸੀ ਹੈ, ਇਹ ਪੁਆਇੰਟ ਵੀ ਕਿਰਮਚ ਦੀ ਟੀਮ ਦੇ ਸੀ ਜਾ ਜੁੜੀ ਹੈ। ਚੱਲ ਚੌਂਦੇ ਵਾਲਿਆ ਪਾ ਫਿਰ ਕਬੱਡੀ, 75 ਕਿਲੋ ਭਾਰ ਦੇ ਵਿੱਚ ਰਾਜੇਵਾਲ ਰੋੜੋ ਦੇ ਕਬੱਡੀ ਕੱਪ ਦਾ ਬੈਸਟ ਬਣਿਆ ਤੇ ਮਾਡੀਫਾਈ ਸਕੂਟਰ ਜਿੱਤਿਆ ਇਸ ਖਿਡਾਰੀ ਨੇ ਜੋ ਮੈਦਾਨ ਦੇ ਵਿੱਚ ਇਸ ਸਮੇਂ ਕਬੱਡੀ ਪਾ ਰਹੀ ਹੈ। ਉਧਰ ਕਿਰਮਚ ਨਗਰ ਦੇ 4 ਗੱਭਰੂਆਂ ਦੇ ਵਿੱਚ ਹਰਿਆਣੇ ਵਾਲਾ ਪ੍ਰਵੀਰ ਨੂੰ ਦਰਸ਼ਕ ਵੀਰੋ, ਪ੍ਰਵੀਰ ਬਾਈ ਕੇਵਲ ਉਹਨਾਂ ਦੀ ਟੀਮ ਲਈ ਖੇਡਦਾ ਹੈ। ਲਓ ਪ੍ਰਵੀਰ ਨਹੀਂ ਰੁਕ ਸਕਿਆ ਇਸ ਖਿਡਾਰੀ ਨੂੰ, 16 ਤਰੀਕ ਮੰਡੌਲੀ ਦੇ ਕਬੱਡੀ ਕੱਪ ਦੀ ਹੈ, 17 ਤਰੀਕ ਢੋਲੇਵਾਲ ਚ ਕਬੱਡੀਆਂ ਬਹਿਣਗੀਆਂ, 20 ਤੇ 21 ਤਰੀਕ ਮਲਕਪੁਰ ਦੇ ਕਬੱਡੀ ਕੱਪ ਦੀ ਹੈ, 23-24 ਕੁਰਾਲੀ ਸ਼ਹਿਰ ਦੇ ਵਿੱਚ, 25 ਤਰੀਕ ਸੰਦੌੜ ਦੀਆਂ ਖੇਡਾਂ ਨੇ, 26-27-28 ਤਰੀਕ ਝੱਲੀਆਂ ਦਾ ਕਬੱਡੀ ਕੱਪ ਹੈ। ਇਹ ਵੱਖੋ ਵੱਖਰੇ ਖੇਡ ਮੇਲਿਆਂ ਦੇ ਜਾਣਕਾਰੀ ਤੁਹਾਡੇ ਨਾਲ। ਵੇਖੋ ਸਾਹਮਣੇ ਸੇਬੀ ਮੈਦਾਨ ਦੇ ਵਿੱਚ ਉਧਰ ਪੀਤਾ, ਲਓ ਝਨੇੜੀ ਵਾਲਾ ਸਤਗੁਰ, ਝਨੇੜੀ ਵਾਲਾ ਸਤਗੁਰ ਕੀ ਫੈਸਲਾ ਕਰਦਾ ਹੈ ਵੀ ਇਹ ਪੁਆਇੰਟ ਜਿਹੜਾ ਸਟੋਪਰ ਦੇ ਸੀ ਹੈ, ਇਹ ਪੁਆਇੰਟ ਮੈਦਾਨ ਦੇ ਵਿੱਚ ਸਟੋਪਰ ਦੇ ਚਾਹੁੰਦੇ ਦੀ ਟੀਮ ਦੇ ਸੇ ਜਾ ਜੁੜੀ ਹੈ। ਬਹੁਤ ਜਾਨਦਾਰ ਤੇ ਸ਼ਾਨਦਾਰ ਮੈਚ ਹੈ ਕਿ ਨਿੰਮ ਦੀ ਜ਼ਮੀਨ ਹੈ ਇਹਨਾਂ ਦੇ ਰੱਖੇ ਪੱਬਾਂ ਤੋਂ, ਪਹੁੰਚੇ ਨੇ ਖਿਡਾਰੀ ਇੱਥੇ ਚੋਟੀ ਦੀਆਂ ਕਲੱਬਾਂ ਤੋਂ। ਅਗਲੀ ਟੀਮ ਦੇ ਖਿਡਾਰੀ ਹਰਿਆਣੇ ਵਾਲੇ ਥੋੜਾ ਗਰਾਊਂਡ ਦੇ ਬਾਹਰਲੇ ਪਾਸੇ ਰੁਕ ਜਾਓ ਥੋੜੀ ਦੇਰ ਲਈ, ਜਿੰਨੀ ਦੇਰ ਮੈਚ ਚੱਲਦਾ ਅਗਲੀ ਟੀਮ ਦੇ ਖਿਡਾਰੀ ਪਲੀਜ਼ ਥੋੜੀ ਦੇਰ ਬਾਹਰ ਰੁਕ ਜਾਣਗੇ। ਦੀਪ ਸਾਥੀ ਖਿਡਾਰੀ ਨੂੰ ਆਖੋ ਥੋੜਾ ਬਾਹਰ ਰੁਕ ਜਾਣ ਤਾਂ ਜੋ ਆਪਾਂ ਮੈਚ ਦਾ ਪੂਰਾ ਆਨੰਦ ਲੈ ਸਕੀ।
ਲਾ ਵੇਖੋ ਅਗਲੀ ਕਬੱਡੀ ਫਿਰ ਲਾ ਵੀ ਨਰੇਸ਼ ਗਰਾਊਂਡ ਤੋਂ ਬਾਹਰਲੇ ਪਾਸੇ ਹੋ ਜਾਓ ਕਿਉਂਕਿ ਮੈਚ ਬਹੁਤ ਚੋਟੀ ਦਾ ਚੱਲ ਰਹੀ ਹੈ। ਇਹ ਹੈ ਕਿਰਮਚ ਦੀ ਧਰਤੀ ਦਾ ਮਲਕੀਤ ਜਿਸ ਨੌਜਵਾਨ ਨੇ ਫਿਰ ਤਾਵਾ ਬੋਲਿਆ ਹੋਇਆ ਹੈ ਕਿ ਨਿੰਮ ਦੀ ਜ਼ਮੀਨ ਹੈ ਇਹਨਾਂ ਦੇ ਰੱਖੇ ਪੰਪਾਂ ਤੋਂ ਪਹੁੰਚੇ ਨੇ ਖਿਡਾਰੀ ਇੱਥੇ ਚੋਟੀ ਦੀਆਂ ਕਲੱਬਾਂ ਤੋਂ। ਵੇਖੋ ਅੱਜ ਕੀ ਨੇ ਹਨੇਰੀ ਵਾਂਗੂ ਅੱਗਣਾ ਕਿ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਹੈ ਕਿ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਹੈ। ਕੀਤੀ ਮਿਹਨਤ ਮਸ਼ਕਤ ਖਾਧੀਆਂ ਖੁਰਾਕਾਂ ਕਿ ਕਿਹਦੀਆਂ ਪੱਟਾਂ ਚ ਕਿੰਨੀ ਕੁ ਜਾਨ ਵੀ ਕਿਹਦੇ ਨਾਂ ਦੀਆਂ ਤਾੜੀਆਂ ਨਾਲ ਗੂੰਜਦਾ ਮੈਦਾਨ ਵੀ ਕਿਹੜੇ ਰੇਡਰ ਨੂੰ ਕਿਹੜੇ ਜਾਫੀ ਨੇ ਰੱਖਣਾ ਕਿ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ। ਅੱਜ ਕਰਨੈਲ ਸਿੰਘ ਸਰਪੰਚ ਉਹਨਾਂ ਦੇ ਇਸ ਖੇਡ ਮੇਲੇ ਦੇ ਵਿੱਚ ਪਤਾ ਲੱਗਣਾ ਵੀ ਕਿਹਨੇ ਕਿੰਨੀ ਮਿਹਨਤ ਕਿੰਨੀ ਖੁਰਾਕ ਖਾਧੀ ਹੋਈ ਹੈ ਕਿ ਸੁੱਖੀ ਕਕਰਾਲਿਆਂ ਦਾ ਲਿਖੇ ਕੌਡੀ ਬਾਰੇ ਜੀ ਰੱਬ ਕਰੇ ਖੁਸ਼ੀਆਂ ਚ ਰਹਿਣ ਲੋਕੀ ਸਾਰੇ ਜੀ ਕਿ ਹਰ ਕਿਸੇ ਨਾਲ ਰੱਖੋ ਵਾਸਤੇ ਪਿਆਰ ਦੇ ਚਾਵਾਂ ਨਾਲ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰ ਦੇ ਕਿ ਲੋਕੋ ਚਾਵਾਂ ਨਾਲ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰ ਦੇ। ਗੁਰਸੇਵਕ ਸਿੰਘ ਸੇਬੀ ਟਵਾਣੇ ਦੀ ਧਰਤੀ ਜਿੱਥੇ 13-14-15 ਤਰੀਕ ਨੂੰ ਬਹੁਤ ਵੱਡਾ ਖੇਡ ਮੇਲਾ ਹੋ ਰਿਹਾ ਉਸੇ ਨਗਰ ਦਾ ਖਿਡਾਰੀ ਵੇਖੋ ਬਹੁਤ ਖੂਬਸੂਰਤ ਅੰਕੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਬਹੁਤ ਜ਼ਬਰਦਸਤ ਮੈਚ ਨੇ ਜਿਹਨਾਂ ਮੈਚਾਂ ਦਾ ਤੁਸੀਂ ਆਨੰਦ ਮਾਣੀ ਜਾ ਰਹੇ ਹੋ। ਹਰੀ ਭਰੇ ਹਿੰਦੂਆਂ ਨਗਰ ਦੇ ਵਿੱਚ 8ਵਾਂ ਖੇਡ ਮੇਲਾ ਜਿੱਥੇ ਪਹਿਲੇ ਵੀ ਕਈ ਸਾਲ ਹਾਜ਼ਰੀਆਂ ਭਰੀਆਂ ਅੱਜ ਫਿਰ ਮਾਣ ਦਿੱਤਾ ਸਾਡੀ ਸਮੁੱਚੀ ਕਮੇਟੀ ਨੇ ਫਿਰ ਤੋਂ ਧੰਨਵਾਦ ਦੇਣਾ ਵੀਰਾਂ ਦਾ। ਉੱਧਰ ਗਗਨ ਤੇ ਪ੍ਰਵੀਨ ਲਓ ਗਗਨ ਤੇ ਪ੍ਰਵੀਨ ਵੇਖੋ ਗਗਨ ਅਗਲਾ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇਹ ਹੈ ਮਲਕੀਤ ਨੌਜਵਾਨ ਕਿ ਵੱਜਦਾ ਢੋਲ ਗੂੰਜਦਾ ਕੰਨੀ ਝੰਡੀ ਲਾਲ ਰੰਗ ਦੀ ਬੰਨੀ ਹੁਣ ਲੰਘਾ ਏ ਮੈਚ ਨਾ ਸੁਰ ਕਹਿ ਕੇ ਜਾਂਦਾ ਏ ਕਿ ਵੇਖਦੇ ਹੁਣ ਝੰਡੀ ਕਿਹੜਾ ਲੈ ਕੇ ਜਾਂਦਾ ਏ ਵੇਖਦੇ ਹੁਣ ਝੰਡੀ ਕਿਹੜਾ ਲੈ ਕੇ ਜਾਂਦਾ ਏ। ਅੱਜ ਦੇ ਇਸ ਕਬੱਡੀ ਕੱਪ ਦੀ ਕੌਣ ਝੰਡੀ ਪੱਟਦਾ ਮਲਕੀਤ ਅਤੇ ਸ਼ਿੰਗਾਰਾ ਲਓ ਮਲਕੀਤ ਅਤੇ ਸ਼ਿੰਗਾਰਾ ਲਓ ਵੇਖੋ ਸਾਹਮਣੇ ਹੋਲ ਪਿੰਡ ਹੈ ਸ਼ਿੰਗਾਰੇ ਦਾ ਨਾਂ ਕਬੱਡੀ ਵਰਗ ਦੇ ਵਿੱਚ ਬਹੁਤ ਪ੍ਰਸਿੱਧ ਹੈ ਬਹੁਤ ਸ਼ਾਨਦਾਰ ਤਰੀਕੇ ਨਾਲ। ਓਏ ਮਾਰ ਦਿਓ ਤਾੜੀਆਂ ਐਕਸ਼ਨ ਦੇ ਲਈ ਤਾੜੀਆਂ ਮਾਰਦੇ ਮੁੰਡੇ ਦਾ ਐਕਸ਼ਨ ਵੇਖੋ ਬੜਾ ਪਿਆਰਾ ਐਕਸ਼ਨ ਹੈ। ਉਧਰ ਚਾਹੁੰਦੇ ਵਾਲਾ ਸਰਬਾ ਗੁੰਦੇ ਹੋਏ ਸਰੀਰ ਦਾ ਮਾਲਕ ਪੱਬਾਂ ਦਾ ਸ਼ੋਲਾ ਖਿਡਾਰੀ ਪੱਬਾਂ ਦਾ ਸ਼ੋਲਾ ਖਿਡਾਰੀ ਮੈਦਾਨ ਦੇ ਵਿੱਚ ਇਸ ਸਮੇਂ ਕਬੱਡੀ ਬਾਰੀ ਹੈ। ਚਾਰ ਹਰਿਆਣੇ ਵਾਲੇ ਟਿੰਕੂ ਉੱਠੋ ਨੌਜਵਾਨਾਂ ਦੇਖ ਸਾਹਮਣੇ ਤੇਰੇ ਬਾੜੇ ਦੀ ਸਰਹੱਦ ਪਾਰ ਕਰਕੇ ਚਾਹੁੰਦੇ ਵਾਲੇ ਨੇ ਇੱਕ ਹੋਰ ਅੰਕ ਦਾ ਵਾਧਾ ਆਪਣੀ ਟੀਮ ਦੇ ਸੇ ਕਰ ਦਿੱਤਾ। ਲਓ ਅਗਲੀ ਕਬੱਡੀ ਪਾਉਣ ਲਈ ਗੁਰਸੇਵਕ ਸਿੰਘ ਸੇਬੀ ਗੋਰਾ ਨਸ਼ੋ ਰੰਗ ਹੈ ਸਰੀਰ ਪੂਰਾ ਗੁੰਦਿਆ ਹੋਇਆ ਹੈ ਔਰ ਥੋੜਾ ਬਿਮਾਰ ਹੋ ਗਿਆ ਕਹਿੰਦੇ ਵੀ ਮਹੀਨਾ ਭਰ ਔਰ ਥੋੜੀ ਸਿਹਤ ਵੀ ਡਾਊਨ ਹੋਈ ਹੈ ਪਰ ਫਿਰ ਮਾਲਕ ਮਿਹਰ ਕਰੇ ਜਲਦੀ ਸਿਹਤ ਯਾਬ ਹੋ ਕੇ ਤੁਹਾਡੇ ਇਸ ਇਲਾਕੇ ਦੇ ਮੇਲਿਆਂ ਦੇ ਵਿੱਚ ਪੰਜਾਬ ਦੇ ਵੱਖੋ ਵੱਖਰੇ ਮੇਲਿਆਂ ਦੇ ਵਿੱਚ ਧੁੰਮਾਂ ਪਾਵੇ। ਲਓ ਕਾਕੇ ਦੇ ਨਾਲ ਦੋਹਤ ਕਰਕੇ ਇਸ ਸਮੇਂ ਸੇਬੀ ਬਹੁਤ ਖੂਬਸੂਰਤ ਅੰਕ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ। ਉਧਰ ਗਗਨ ਲਗਾਤਾਰ ਕਬੱਡੀਆਂ ਪਾ ਕੇ ਬੱਲੇ ਬੱਲੇ ਕਰਵਾਈ ਜਾਂਦਾ ਹੈ। ਗੁਲਜ਼ਾਰ ਸਾਡਾ ਵੀਰ ਕਰਨੈਲ ਸਰਪੰਚ ਹੋਣੀ ਬੈਠੇ ਸਾਹਮਣੇ ਮੈਚਾਂ ਦਾ ਆਨੰਦ ਮਾਣ ਰਹੇ ਹੈ ਬਾਈ ਰਾਜੂ ਨੇ ਔਰ ਹਰ ਸਾਲ ਇਸ ਨਗਰ ਤੇ ਅਪਾਰ ਕਿਰਪਾ ਬਣੀ ਹੋਈ ਹੈ ਉਸ ਮਾਲਕ ਦੀ ਬਹੁਤ ਵੱਡੇ ਖੇਡ ਮੇਲੇ ਦਾ ਤੁਸੀਂ ਆਨੰਦ ਤੱਕੀ ਆ ਰਹੇ ਹੋ। ਸਾਰੇ ਵੀਰ ਰਲ ਮਿਲ ਕੇ ਖੇਡ ਮੇਲਾ ਕਰਵਾਉਣੀ ਹੈ ਕੈਨੇਡਾ ਦੇ ਵਿੱਚ ਐਨ ਆਰ ਆਈ ਬੈਠੇ ਜਿਹੜੇ ਉਹ ਕਬੱਡੀ 365.com ਦੇ ਜ਼ਰੀਏ ਮੈਚ ਦਾ ਆਨੰਦ ਮਾਣ ਰਹੇ ਹੈ। ਲਓ ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ। ਇਹ ਹੈ ਗਗਨ ਨੌਜਵਾਨ ਬਹੁਤ ਖੂਬਸੂਰਤ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਨੈਕਸਟ ਮੈਚ ਦੀਆਂ ਦੋਨੋਂ ਟੀਮਾਂ ਦੇ ਖਿਡਾਰੀ ਮੈਦਾਨ ਦੇ ਨੇੜੇ ਪੁੱਜਣਗੇ। ਲਓ ਅਗਲੀ ਕਬੱਡੀ ਵੇਖੋ ਮਲਕੀਤ ਹਰਿਆਣੇ ਵਾਲਾ ਕਿਰਮਚ ਪਿੰਡ ਦਾ ਖਿਡਾਰੀ ਜਿਸ ਨੌਜਵਾਨ ਨੇ ਫਿਰ ਧਾਰਵਾ ਬੋਲਿਆ ਹੋਇਆ ਹੈ ਚੌਂਦੇ ਵਾਲਾ ਅੱਛਰਾ ਉਧਰ ਕਹਿੰਦੇ ਵੀ ਹੋਲ ਪਿੰਡ ਦਾ ਸ਼ਿੰਗਾਰਾ ਉਹਦੇ ਨਾਲ ਪੀਤੂ ਤੇ ਕਾਕਾ ਇਹ ਚਾਰ ਚੌਂਦੇ ਦੀ ਟੀਮ ਦੇ ਚੋਟੀ ਦੇ ਜਾਫੀ। ਲਓ ਅੱਛਰਾ ਜਿਸ ਨੌਜਵਾਨ ਨੇ ਮਾਰੀ ਧੌਲ ਉਖੜਦੇ ਪੈਰਾਂ ਦੇ ਵਿੱਚ ਵੇਖੋ ਇਹ ਪੈਂਟ ਵੀ ਮਲਕੀਤ ਦੇਸੀ ਹੈ ਇਹ ਪੈਂਟ ਵੀ ਕਿਰਮਚ ਦੀ ਟੀਮ ਦੇ ਸੀ ਜਾ ਜੁੜੀ ਹੈ ਕਿ ਮੋਛਾ ਮਜ਼ਬੂਤ ਟਾਹਲੀ ਤੂਤ ਤੇ ਕਰੀਰ ਦਾ ਮਾਣ ਬੜਾ ਹੁੰਦਾ ਯਾਰ ਗੁੰਦੇ ਹੋਏ ਸਰੀਰ ਦਾ ਕਿ ਕੱਲੇ ਕੱਲੇ ਅੰਗ ਵਿੱਚ ਜ਼ੋਰ ਭਰੇ ਆ ਬੜੀ ਮਿਹਨਤ ਨਾਲ ਜੀਤਿਆ ਤਿਆਰ ਕਰੇ ਆ ਕਿ ਜਾਨੀ ਅਤੇ ਦੁੱਲੇ ਵਾਂਗੂ ਜਦੋਂ ਨਾਂ ਚਮਕਾਵੇਂਗਾ ਤੂੰ ਵੀ ਕਬੱਡੀ ਦਾ ਸਟਾਰ ਖਵਾਵੇਂਗਾ ਕਿ ਤੂੰ ਵੀ ਕਬੱਡੀ ਦਾ ਸਟਾਰ ਖਵਾਵੇਂਗਾ। ਇਹ ਵੀ ਟਵਾਣੇ ਪਿੰਡ ਦਾ ਕਹਿੰਦੇ ਵੀ ਗੁਰਸੇਵਕ ਨੌਜਵਾਨ ਜੋ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਲਈ ਵਧਿਆ ਹੋਈ ਹੈ। ਇਹ ਹੈ ਸੇਬੀ ਨੌਜਵਾਨ ਜਥੇਦਾਰ ਬਾਬਾ ਹਨੂੰਮਾਨ ਕਬੱਡੀ ਅਕੈਡਮੀ ਮੋਹਾਲੀ ਲਈ ਪੰਜਾਬ ਦੇ ਵੱਖੋ ਵੱਖਰੇ ਮੇਲਿਆਂ ਦੇ ਵਿੱਚ ਬਹੁਤ ਤਕੜੀਆਂ ਕਬੱਡੀਆਂ ਪਾਉਣ ਵਾਲੇ ਨੌਜਵਾਨ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ। ਤੁਹਾਡੀ ਜਾਣਕਾਰੀ ਜਿੱਤ 12-13-14 ਫਰਵਰੀ ਬੱਲੋ ਮਾਜਰੇ ਦੇ ਕਬੱਡੀ ਕੱਪ ਦੀ ਹੈ ਦਰਸ਼ਕ ਵੀਰੋ ਜਿੱਥੇ ਬੈਸਟ ਰੇਡਰ ਤੇ ਬੈਸਟ ਸਟੋਪਰ ਨੂੰ 68-11 ਟਰੈਕਟਰ ਦਿੱਤੇ ਜਾਣੇ ਹੈ। 12-13-14 ਫਰਵਰੀ ਬੱਲੋ ਮਾਜਰੇ ਦੀਆਂ ਤਰੀਕਾਂ ਜਿਹੜੀਆਂ ਕਬੱਡੀ ਕੱਪ ਦੀਆਂ ਨੋਟ ਕਰ ਲਿਓ।
और इस तरह 10, 11, 12 तरीक जी वो दिसंबर महीने के सुहाने का कबड्डी कप है जिथे दो बुलेट मोटरसाइकिल बस रेडर ते स्टॉपर लिए दिते जाने हैं 71-51 आम हो गए। इस मैच का जो रिजल्ट है 10 के मुकाबले 16 अंक लैके चांदे की टीम इस मुकाबले की जेतू टीम बनी है। सो चांदे की टीम जी इस मुकाबले की जेतू टीम है। सो अगले मैच दोनों टीम जड़िया जल्दी दे मैदान जी टीम बाहर है वो जल्दी दिन पहुंचा रजेश केड़िया केड़िया टीम एक बार फिर दस दौ लिस्ट नहीं भेजते फिर मैच दस दौ कि टीम दरम्यान है जो नैक्सट मैच होना झनेड़ी वर्सिज मुंड दोवें टीम कृपा करके मैदान पहुंच जा झनेड़ी वर्सिज मुंड उस तो अगे फिर सैमीफाइनल मैच होने हैं उन्होंने अलग तो टाइया पैनिया पा दौ भाजी टाइया फिर देरी का दी नहीं अजय मैच हो जाए फिर टाइया भाजी कोई मैच आ ठीक है जी ठीक है टाइया कर लें जेतू टीम एक एक मैंबर एंट्री काउंटर से पहुंच जाए झनेड़ी के मुंड की टीम कृपा करके मैदान जाए बाबा माधोदास कबड्डी क्लब झनेड़ी की टीम हाले तक मैदान के नेड़े नहीं पुजी झनेड़ी टीम के खिडारी जिथे मेरी आवाज सुनते हैं वो मैदान पहुंच जा झनेड़ी टीम के खिडारी मुंड की टीम जी मैदान च पुजी हुई है तो बाबा माधोदास कबड्डी क्लब झनेड़ी टीम के खिडारी हाले तक मैदान के नेड़े नहीं पुजे बाद चोटी का मैच आना है तो झनेड़ी की टीम के खिडारियों फिर तो बेनती है कि टीम बिना किसी देरी तो मैदान दे विच पहुंच जाए बाबा माधोदास कबड्डी क्लब झनेड़ी उधर सैमीफाइनल राउंड दी टाइया पैरी हैलो जेतू टीम का एक खिडारी जिहड़ा उस स्टेज ते पहुंच जाए सैमीफाइनल राउंड दी टाइया पैरियां ने बाद दे विच किसी का कोई इतराज नहीं सुनना जेतू टीम का एक मैंबर एंट्री काउंटर से पहुंच जाए बाबा माधोदास कबड्डी क्लब झनेड़ी की टीम की लास्ट एक मिनट है झनेड़ी टीम के राज झोटोणी जिथे मेरी आवाज सुनते हैं उन्होंने फिर तो बेनती भी खिडारी वीर टीम लैके मैदान पहुंच जाए बाबा माधोदास कबड्डी क्लब झनेड़ी की टीम के खिडारी बिना किसी देरी तो मैदान पहुंच जाएंगे झनेड़ी भाई झनेड़ी लास्ट एक मिनट है नहीं तो फिर पहली रेड जी वो मुंड की टीम नू देन जा रही है कमेटी झनेड़ी वाले नोट कर लेन लास्ट एक मिनट का समा झनेड़ी की टीम नू जेकर झनेड़ी की टीम एक मिनट के ग्राउंड च नहीं पुजती तो मुंड की टीम ने जी पहली रेड दे जा रहे हैं झनेड़ी वाले फिर तो नोट कर लें बाद चोटी का मैच होना दर्शक भीओ क्योंकि दोनों ही टीमों के खिडारी बहुत जबरदस्त ने बहुत जबरदस्त मैच का अपने आनंद माणना है। हैलो सैमीफाइनल दी टाइयां पैन लगियां कृपा करके सारी टीमों के जिहड़े कप्तान है वो स्टेज के नेड़े आ जाण सैमीफाइनल वास्ते टाइयां पैन लगियां उधर सैमीफाइनल दी टाइयां पै रही है ते बेनती भी टीम के खिडारी जेडे जाके टाइया वेख लैन सैमीफाइनल लड़द टाइया जी जा रही ने बात तकड़े मुकाबले की शुरुआत बड़ी जल्द आप इस मैदान तकन जा रही है बाबा माधोदास कबड्डी क्लब झनेड़ी हैलो सैमीफाइनल का जिहड़ा पहला मैच है सराला कलां वर्सिज चौंदा सराला कलां वर्सिज चौंदा दूजा मैच जिहड़ा मैच जखौली ते जिहड़ा चल रहा मैच है इहदी जिहड़ी जेतू टीम होएगी
ਸੋ ਸਾਡੇ ਅੱਜ ਦੇ ਇਸ ਕਬੱਡੀ ਕੱਪ ਦਾ ਕੁਆਟਰ ਫਾਈਨਲ ਦਾ ਮੈਚ ਹੈ, ਜਿਸ ਮੈਚ ਦਾ ਤੁਸੀਂ ਆਨੰਦ ਮਾਣ ਜਾ ਰਹੇ ਹੋ। ਇੱਕ ਪਾਸੇ ਮੁੰਡ ਹਰਿਆਣੇ ਦੀ ਬੜੀ ਪ੍ਰਸਿੱਧ ਟੀਮ ਹੈ, ਔਰ ਦੂਜੇ ਪਾਸੇ ਬਾਬਾ ਮਾਧੋ ਦਾਸ ਕਬੱਡੀ ਕਲੱਬ ਝਨੇੜੀ ਜ਼ਿਲ੍ਹਾ ਸੰਗਰੂਰ ਦੀ ਬਹੁਤ ਉੱਚ ਕੋਟੀ ਦੀ ਟੀਮ ਹੈ। ਦਿੜਵੇ ਵਾਲੇ ਰਾਜ ਝੋਟ ਦਾ ਨਾਮ ਬਹੁਤ ਪ੍ਰਸਿੱਧ ਹੈ, ਔਰ ਇਸੇ ਤਰ੍ਹਾਂ ਅੰਮ੍ਰਿਤਪਾਲ ਕਹਿੰਦੇ ਵੀ ਉਸ ਨੌਜਵਾਨ ਦੀ ਵੀ ਚੜ੍ਹਤ ਹੈ ਇਹਨਾਂ ਮੈਦਾਨਾਂ ਦੇ ਵਿੱਚ। ਉਧਰ ਮੁੰਡ ਹਰਿਆਣੇ ਵਾਲੇ ਖਿਡਾਰੀ ਵੀ ਬਹੁਤ ਚੋਟੀ ਦੇ, ਬਹੁਤ ਜ਼ਬਰਦਸਤ ਮੈਚ ਹੋਣਾ, ਖੁੰਡੀਆਂ ਦੇ ਸਿੰਘ ਫਸ ਵਰਗੇ ਮੈਚ ਦਾ ਜਿਹੜਾ ਆਨੰਦ ਮਾਣ ਨੂੰ ਮਿਲਣਾ ਹੈ ਕਿ ਖੁੰਡੀਆਂ ਦੇ ਸਿੰਘ ਫਸ ਗਏ ਕੋਈ ਨੇਤਰੋ ਬੜੀ ਮਿਕਾਣੀ। ਇਕੱਲੇ ਨੂੰ ਇਕੱਲਾ ਟੱਕਰਨਾ ਵੀ ਸਾਹਮਣੇ ਹੋ ਕਿ ਇਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਤੇ ਇਕੱਲਾ ਨਾ ਹੋਵੇ ਪੁੱਤ ਜੱਟਦਾ, ਹਾਲੇ ਨੂੰ ਇਕੱਲਾ ਟੱਕਰਨਾ। ਹੈਲੋ, ਇਸ ਕੁਆਟਰ ਫਾਈਨਲ ਦੇ ਮੈਚ ਤੋਂ ਬਾਅਦ ਜਿਹੜੇ ਸੈਮੀ ਫਾਈਨਲ ਦੇ ਦੋ ਮੈਚ ਹੋਣੇ ਤੇ ਫਾਈਨਲ, ਮੈਂ ਕਮੈਂਟੇਟਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸੈਮੀ ਫਾਈਨਲ ਤੇ ਫਾਈਨਲ ਦੇ ਮੈਚ ਵਿੱਚ ਜੇ ਦੋਵੇਂ ਕਮੈਂਟੇਟਰ ਦੀ ਜੁਗਲਬੰਦੀ ਦੇਖਣ ਨੂੰ ਮਿਲ ਜਾਏ ਤਾਂ ਦਰਸ਼ਕ ਵੀਰਾਂ ਨੂੰ ਵੀ ਨਜ਼ਾਰਾ ਆ ਜਾਏਗਾ, ਮੈਚ ਦਾ ਜਿਹੜਾ ਰੋਮਾਂਚ ਹੈ ਦੁੱਗਣਾ ਹੋ ਜਾਏਗਾ ਜੀ। ਮੈਚ ਅਨਾਊਂਸ ਕਰ ਦਿਓ ਕਿਹੜਾ ਬਣਿਆ ਜੀ। ਸੋ ਪਹਿਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਨਰੇਸ਼ ਵੇਖੋ, ਮੁੰਡ ਨਗਰ ਦਾ ਪੰਚਾਇਤ ਸੈਕਟਰੀ ਕਹਿੰਦੇ ਨੌਜਵਾਨ ਨੇ, ਬਿਲਕੁਲ ਤਿਆਰੀ ਦੇ ਵਿੱਚ ਹੈ। ਇਸ ਮੈਚ ਤੋਂ ਬਾਅਦ ਜਿਹੜਾ ਅਗਲਾ ਸੈਮੀ ਫਾਈਨਲ ਦਾ ਪਹਿਲਾ ਮੈਚ ਹੋਣਾ ਹੈ ਉਹ ਚੌਂਦਾ ਵਰਸੀ ਸਰਾਲਾ ਕਲਾਂ, ਦੋਵੇਂ ਟੀਮਾਂ ਕਿਰਪਾ ਕਰਕੇ ਧਿਆਨ ਦੇਣ। ਚੌਂਦਾ ਵਰਸੇ ਸਰਾਲੇ ਕਲਾਂ ਦੀਆਂ ਟੀਮਾਂ ਮੈਦਾਨ ਦੇ ਵੱਲ ਪੁੱਜਣਗੀਆਂ, ਚੌਂਦਾ ਵਰਸੇ ਸਰਾਲੇ ਦੀਆਂ ਟੀਮਾਂ ਪੁੱਜਣਗੀਆਂ। ਲਓ ਉਧਰਲੇ ਪਾਸੇ ਵੇਖੋ, ਅੰਮ੍ਰਿਤਪਾਲ ਕਹਿੰਦੇ ਵੀ ਨੌਜਵਾਨ ਬਹੁਤ ਹੀ ਜਾਨਦਾਰ ਤਰੀਕੇ ਨਾਲ ਛੰਨਾਂ ਦੀ ਧਰਤੀ ਦਾ ਤਾੜੀਆਂ ਮਾਰ ਦਿਓ। ਲਓ ਪਹਿਲਾ ਜੱਫਾ ਲਾ ਕੇ ਦਰਸ਼ਕ ਵੀਰੋ ਬੱਲੇ ਬੱਲੇ ਕਰਵਾ ਦਿੱਤੀ ਤੇ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਅਗਲੀ ਕਬੱਡੀ ਵੇਖੋ, ਰਿੰਕੂ ਨੌਜਵਾਨ ਮੈਦਾਨ ਦੇ ਵਿੱਚ ਬਾਉਂਡਰੀ ਵਾਧਾ ਹੋਇਆ, ਚਾਰ ਮਾਵਾਂ ਦੇ ਬਲੀ ਪੁੱਤ ਕਹਿੰਦੇ ਵੀ ਛੋਟਾ ਪਾਲਾ ਟਿੰਕੂ ਦੇ ਨਾਂ ਨਾਲ ਪ੍ਰਸਿੱਧ ਹੈ, ਔਰ ਨਾਲ ਸੰਜੇ ਔਰ ਨਾਲ ਦੀਪ ਹਰਿਆਣੇ ਵਾਲਾ ਜਿਸ ਨੌਜਵਾਨ ਨੇ ਕਹਿੰਦੇ ਸੰਦੀਪ ਲੁੱਧੜ ਨੂੰ ਜੰਡਪੁਰ ਦੇ ਕਬੱਡੀ ਕੱਪ ਤੇ ਦੋ ਜੱਫੇ ਲਾਏ। ਲਓ ਛੋਟਾ ਪਾਲਾ ਮੈਦਾਨ ਦੇ ਵਿੱਚ ਬਾਹੋਏ ਨੌਜਵਾਨਾਂ, ਲਓ ਤਾੜੀਆਂ ਤਾੜੀਆਂ ਮਾਰਦੇ ਜ਼ੋਰਦਾਰ, ਬਾ ਚੋਟੀ ਦਾ ਜੱਫਾ ਲਾ ਕੇ, ਲਓ ਟਿੰਕੂ ਨੇ ਬਾ ਚੋਟੀ ਦਾ ਅੰਕ ਆਪਣੀ ਟੀਮ ਦੇ ਜੋੜ ਦਿੱਤਾ। ਅਗਲੀ ਕਬੱਡੀ ਪਾਉਂਡੀ ਮੈਦਾਨ ਦੇ ਵਿੱਚ ਕੁਲਦੀਪ, ਲਓ ਕੁਲਦੀਪ ਨੈਸ ਨੌਜਵਾਨ ਦਾ ਜੋ ਮੈਦਾਨ ਦੇ ਵਿੱਚ ਹੁਣ ਕਬੱਡੀ ਪਾਉਂਡੀ ਵਧਿਆ ਹੋਈ ਹੈ, ਚਾਰ ਨੌਜਵਾਨ ਦਲਜੀਤ ਖਾੜਕੂ 2012 ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਤਕੜਾ ਖੇਡਿਆ, ਪਰ ਉਧਰਲੇ ਪਾਸੇ ਅੰਮ੍ਰਿਤਪਾਲ ਛੰਨਾ ਇੱਕ ਵਾਰ ਤਾੜੀਆਂ ਮਾਰਦੇ ਇਸ ਨੌਜਵਾਨ ਦੇ ਨਾਂ ਦੀਆਂ, ਲਗਾਤਾਰ ਦੋ ਜੱਫੇ ਲਾ ਕੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਣ ਦੀ ਗੱਲ ਕਰ ਦਿੱਤੀ, ਲਗਾਤਾਰ ਦੋ ਜੱਫੇ ਲਾ ਕੇ ਬਹੁਤ ਉੱਚ ਕੋਟੀ ਦਾ ਪ੍ਰਦਰਸ਼ਨ ਕਰ ਦਿੱਤਾ। ਲਓ ਅਗਲੀ ਕਬੱਡੀ ਵੇਖੋ, ਕਹਿੰਦੇ ਵੀ ਦਿੜਵੇ ਦੀ ਧਰਤੀ ਦਾ ਝੋਟ, ਇਹ ਹੈ ਰਾਜ ਝੋਟ ਦਰਸ਼ਕ ਵੀਰੋ, ਕੈਨੇਡਾ ਦੇ ਵਿੱਚ ਕਹਿੰਦੇ ਰਿਚਮੰਡ ਕਬੱਡੀ ਕਲੱਬ ਲਈ ਬਹੁਤ ਤਕੜਾ ਖੇਡੀ ਹੈ, ਸੁਖ ਭੰਦੇਰ ਗਿੱਲ ਹੋਣਾ ਦੀ ਟੀਮ ਲਈ ਬਹੁਤ ਤਕੜੀਆਂ ਕਬੱਡੀਆਂ ਪਾਉਣ ਵਾਲਾ ਵੇਖੋ, ਰਾਜ ਝੋਟ ਡਾਲੇ ਤੇ ਖਣਵਾਇਆ ਹੋਇਆ ਖਾਲਸਾਈ ਨਿਸ਼ਾਨ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਇੱਧਰ ਵੀ ਜੱਫਾ ਉੱਧਰ ਵੀ ਜੱਫਾ, ਲਓ ਮਾਰ ਦਿਓ ਤਾੜੀਆਂ, ਉਹ ਮਾਰ ਦਿਓ ਤਾੜੀਆਂ, ਮਾਰ ਦਿਓ ਤਾੜੀਆਂ ਦਰਸ਼ਕ ਵੀਰੋ, ਡੇਰੀਸਾ ਡੇਰੀਸਾ ਮਾਮਾ ਦੇ ਬਲੀ ਪੁੱਤਾਂ ਦੀ ਹੈ, ਚਾਰ ਕਬੱਡੀਆਂ ਤੇ ਚਾਰੇ ਜੱਫੇ, ਮਾਰ ਦਿਓ ਇੱਕ ਵਾਰੀ ਲਕਾਰਾ ਜ਼ੋਰਦਾਰ, ਇਸ ਮੈਚ ਦੀਆਂ ਚਾਰ ਕਬੱਡੀਆਂ ਤੇ ਚਾਰਾਂ ਤੇ ਜੱਫੇ। ਉਧਰ ਵੇਖੋ ਮੈਦਾਨ ਦੇ ਵਿੱਚ ਅਸਮੇ, ਇਹ ਹੈ ਮੁੰਡ ਦੀ ਧਰਤੀ ਦਾ ਬਿੱਲੂ, ਔਰ ਮੈਦਾਨ ਦੇ ਵਿੱਚ ਪੰਜਵੀਂ ਕਬੱਡੀ ਪਈ ਹੋਈ ਹੈ, ਤਾਂ ਪੰਜਵੀਂ ਕਬੱਡੀ ਤੇ ਜੱਫਾ ਲੱਗੂ ਕਿ ਨਹੀਂ, ਜੱਫਾ ਲੱਗੂ ਕਿ ਨਹੀਂ, ਲੱਗੂ ਕਿ ਨਹੀਂ, ਅੱਠ ਪਿੱਛੇ ਅੱਠ ਪਿੱਛੇ। ਲਓ ਵੇਖੋ ਗੁਰਮੁਖ ਮੈਦਾਨ ਦੇ ਵਿੱਚ, ਗੁਰਮੁਖ ਕੀ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਉਹ ਰੇਡਰ ਦੇ ਇਸ ਐਲਾਨ ਕਰ ਦਿੱਤਾ ਹੈ, ਬਹੁਤ ਤਕੜੀ ਬੇਨਤੀ ਹੈ ਕਿ ਰੈਫਰੀ ਦਾ ਫੈਸਲਾ ਜਿਹੜਾ ਅੰਤਿਮ ਹੋਏਗਾ, ਖਿਡਾਰੀ ਵੀਰ ਕਿਰਪਾ ਕਰਕੇ ਧਿਆਨ ਦੇਣ, ਰੈਫਰੀ ਦਾ ਫੈਸਲਾ ਅੰਤਿਮ ਮੰਨਿਆ ਜਾਏਗਾ, ਕੋਈ ਕਿਸੇ ਕਿਸਮ ਦਾ ਗਰਾਊਂਡ 'ਚ ਝਗੜਾ ਨਾ ਕੀਤਾ ਜਾਏ। ਰੈਫਰੀ ਦਾ ਫੈਸਲਾ ਅੰਤਿਮ ਹੋਏਗਾ ਜੀ, ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਕਿਸਮ ਦਾ ਗਰਾਊਂਡ ਦੇ ਵਿੱਚ ਝਗੜਾ ਨਾ ਕੀਤਾ ਜਾਏ। ਮੈਚ ਸ਼ੁਰੂ ਕਰਦੇ ਜੀ, ਰੈਫਰੀ ਦਾ ਫੈਸਲਾ ਜਿਹੜਾ ਕਮੇਟੀ ਵੱਲੋਂ ਅਟਲ ਕਰ ਦਿੱਤਾ ਐਲਾਨ।
गुरविंदर घनार वाला जिथे मेरी आवाज सुनता साथी खिडारी उदो चेते करते हैं जरूर ग्राउंड आके संपर्क करो। मैच कंटिन्यू करो जी, मैच मैच शुरू कर दो, मैच कंटिन्यू करो जी, मैच शुरू कर दो। बेनती है टीमों मैच शुरू कर दो। राज आ नौजवान पा कबड्डी स्वंतम फैसला जेड़ा रैफरी का ही मनिया जाना है। प्रबंधक वीर बेनती है कि जेडे प्रबंधक फालतू मैदान च बैठे हो कृपा करके बाहर हो जाए। प्रबंधक वीर बेनती है कि जेडे भी प्रबंधक वीर मैदान च बैठे हैं जेडे फालतू है कृपा करके बाहर हो जाए। बेनती है कि कृपा करके झगड़ा ना करो, रेफरी का फैसला अंतिम मनिया जाएगा। रेड कर दो रेफरी का फैसला जो आखिरी ही मनिया जाना है। मैच तो बेनती है खिडारी वीर कि शुरू कर दो। लो अगली कबड्डी फिर चनेड़ी का रिंकू गुंदमे जे शरीर का मालक लासका मारदा कहिंदे वी शरीर मुंडे का वेखो भुखा लत्त दी है। लोहड़ियां का जोश ते खरोश है, जवानी बब्बा भार है ते चार मावां दे बली पुत्तां दे विच हुण वेखदे वी बहुत खूबसूरत तरीके नाल चनेड़ी वाले रिंकू ने संजय नूं टच करके पॉइंट अपनी टीम दे जोड़ी है। उधर नरेश कहिंदे वी पंचायत सैकटरी पिछले साल पंजाब दे कबड्डी कपां च वैदबाण कबड्डी अकैडमी कुंभड़े वैदबाण दे लई बहुत तकड़ियां कबड्डियां पाउण वाला खिडारी पाउंदा आ कबड्डी। दलजीत खाड़कू वेखो, यह है दलजीत खाड़कू जिस नौजवान ने हुण ट्राई की हुई है परतां दे विचों निकल के। नरेश वेखो बहुत खूबसूरत अंक का वाधा करता हुआ। उधर सज्जन दर्शक वीर पूरे खुश है, दर्शक वीर पूरे खुश है क्योंकि अज हरी भरे हिंदुआं दे विच रौनकां लगी हुई है। कबड्डी के समागम का आनंद माणदी रब वर्गी प्यारी संगत का फिर तो बहुत बहुत धन्यवाद है जेडे वीर उचेचे तौर पर अज इस कबड्डी कप का आनंद माण लई पुजे हुए हैं। उधर राज झोट कबड्डी पा रहे हैं, लो राज झोट की कबड्डी देखो सामने संजय नौजवान रोकने का पूरा यत्न करता हुआ राज झोट। खिडारी वीर तो इलावा कोई भी जेड़ा उन्होंने सपोर्टिंग स्टाफ है उन्होंने बेनती है कृपा करके ग्राउंड से बाहर हो जाए। सपोर्टिंग स्टाफ जेड़ा भी टीम के नाल है वो कृपा करके ग्राउंड से बाहर हो जाए। खिडारियों तो इलावा या प्रबंधकों तो इलावा कोई भी अंदर खिडारी मौजूद नहीं होगा, जेड़ा सपोर्टिंग स्टाफ है कृपा करके ग्राउंड से बाहर हो जाए। लो कुलदीप ने मैदान दे विच फिर धावा बोलिया होया है, एक साड़ी कमेटी का कुलदीप है। उधर राजू परेतले पासे वेखो छन्ना वाला अमृतपाल, लो छन्ना वाला अमृतपाल नहीं रोक सकिया इस नौजवान नूं। चल झनेड़ी वाले पा फिर कबड्डी के डंड बैठका मार बनाया हठ चुबरा ने, पावियां वर्गे डौले वेलण पट चुबरां दे। राजे खेले कोलों सिख लै भेत कबड्डी दे, जोश यान ते फुरती ने दा पेच कबड्डी दे। लुको जोश जान फुरती ए दा पेच ने कबड्डी दे, ए दा पेच ने कबड्डी दे। राजा खेला वैनकुवर दे कहिंदे वी सरी शहर दे विच वसदा है जिस नौजवान दे लिखे बोलां दी गल है। राजा खेला साडा वीर वैनकुवर दे सरी शहर दे विच वसदा है। उधर अगली कबड्डी पाउण लई मुंड दी धरती दा कहिंदे वी बिल्लू, यह भी नौजवान बड़ा पुराना ते तजर्बेकार खिडारी है, बहुत लंबे समय तो इन्हां मैदानां दे विच बहुत तकड़ियां कबड्डियां पाउण वाला बिल्लू नचदा टप्पदा भंगड़े पाउंदा होया एक होर जिहड़ा अंक अपनी टीम दे से जोड़दा होया एक होर अंक का वाधा कर चुकी है। लो अगली कबड्डी पाउण लई फिर राज दिड़वे वाला, यह है दिड़वे की धरती का झोट। झोट कहिंदे वी ना दोस्तां मित्रां ने पा दिता जोर बहुत है आ ताइयों तां झोटे का बदल मारूप जिहड़ा झोट आख दिता है। उधर वेखो सामने दूजे पासे बहुत खूबसूरत तरीके नाल रोकण दा पूरा यतन है, लो रोकण दा पूरा यतन है। बावे विकीसियां हट बचे ये पॉइंट भी राज झोट दे हिस्से जा जुड़ी है कि जने खड़े दे वसदा नहीं उह कम कबड्डी दा, शेरां वर्गा रखना पैंदा दम कबड्डी दा। बारे बारे जाइए समा खेड कबड्डी दे कि जोश आन ते फुरती ने दा पेच कबड्डी दे। लोको जोश जान फुरती ए दा पेच ने मां खेड कबड्डी दे जिस मैच का तुसी आनंद माणी जा रहे हो। झनेड़ी वाला रिंकू कबड्डी पा रहा है, उधर चार गभरू ने दीप छोटा पाला संजय और नाल देखो सामने साथी पूरी तैयारी दे विच है। रिंकू की कबड्डी से वेखो छोटा पाला सामने है भरिया होया कलावा, हट पिछे मित्रां की मुछ का सवाल है कि हट पिछे मित्रां की मुछ का सवाल है। उधर अगली कबड्डी पाउणी कुलदीप नौजवान कुलदीप फिर वध्या होया अमृतपाल। उधर कहिंदे वी जगतार सिंह हाकी
एक जगतार तार एक झनेड़ी वाला जीता चोर जफे लाने वशीर है लो सामने जगतार तार जानदार तरीके लाता है जफा हाथ जोड़ता है अंकड़ा अपनी टीम दे बा चोटी दे मैच का जिसका आप आनंद जेड़ा मैदान दे विच माणी जा रही है दोनों टीमों के दरम्यान खुंडिया के सिंह फसलों का मैच जेड़ा जिस मैच का तुसी आनंद माण रहे हो उधर पहले सैमी दीआं टीमां दे खिडारी बिल्कुल तैयार होके मैदान के बाहरले पासे पुजणगे पहले सैमी दीआं टीमां दे खिडारी तैयारी दे विच मैदान के बाहरले पासे पुजणगे इधर राज झोट दिड़बे वाला दिड़बे का कहिंदे पिप्पल का हत्थ मशहूर है लो दिड़बे की खुशी की गल वकड़ी है दिड़बे के संदीप का नाम पूरी दुनिया के मशहूर है कल फाइनल मैच के कहते भी पहला 10,000 फिर 7,000 फिर 5,000 फिर 3,000 फिर 2,500 मार दो ताड़िया मार दो ताड़िया जेकर मैच का स्वाद आ रहा एक ललकारा मार दो जोरदार लो संगत सारी खुश है संगत सारी खुश है ललकारे बज रही है ललकारे बज रहे हैं जिस मैदान कबड्डी 365.com के जरिए पूरी दुनिया के कबड्डी कप के लाइव का आनंद माने जा रहा है उधर कनेडा के साढ़े वीर बैठे लगातार मैच का आनंद माण रहे हैं जेडे वीर ने इस नगर दी खेडां लई बहुत वड्डा योगदान पाया है लो बिल्लू उधर अमृतपाल शन्ना की धरती का नौजवान ये है अमृतपाल भज तुर लो भज तुर घोड़े वर्गी भज है ऑस्ट्रेलिया के कंगारू वांग भजदा नौजवान ऑस्ट्रेलिया के कंगारू वांग भजे इस खिडारी दी है उधर अगली कबड्डी फिर वेखो मैदान रिंकू नौजवान की पई हुई है कि खेडन नाल बुलंद हौसले विच ग्राउंडां दी लोकी मीह मरसांदे लखां डालर पांडां दे कईआं कीती खूब कमाई हेठ कबड्डी दे के जोश जान ते फुरती ने दा पेच कबड्डी दे लोको जोश जान फुरती दा पेच कबड्डी दे और जिन्हां दी आनंद तुसीं माणी जा रहे हो लो अगली कबड्डी फिर नरेश नौजवान पंचायत सैकटरी लो हरियाणे का कहिंदे भी पंचायत सैकटरी लग्या होया बहुत सारे हरियाणे के खिडारी जिन्होंने सरकारी नौकरियां मिलिया हुई ने सरकारी जॉबा मिली हुई ने लो नरेश उधर अमृतपाल वेखो नहीं रोक सके इस नौजवान ये पॉइंट भी नरेश नौजवान ने अपनी टीम के उसे जोड़ चुके हैं बहुत जानदार तो शानदार मैच है जिस मैच का तुम आनंद माणी जा रहे हो लो राज झोट दिड़बे वाला गज चौड़ी छाती है कि चक्किया के पड़न वर्गिया हेकां जिगरे गाडर ने जूझ जूझ के हंध्या का टच करते बाडर ने देवी दयाल प्रीता घुग्गा शाकर बिणदा सी कि बोला तोखी देवटा भी पूरी इंडदा सी पहले समय च ना आउंदे ना स्टारां दे कि खेडण जोरां नाल कबड्डी पुत सरदारां दे कि लोको खेडण जोरां नाल कबड्डी पुत सरदारां दे।